ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਕਾਂਗਰਸੀ ਆਗੂ ਖਿਲਾਫ ਮਾਮਲਾ ਦਰਜ। ਹੁਸ਼ਿਆਰਪੁਰ ਪੁਲਿਸ ਨੇ ਹੈਪੀ ਸੂਤ ਨਾਂ ਦੇ ਇੱਕ ਅਜਿਹੇ ਕਾਂਗਰਸੀ ਆਗੂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜੋ ਕਿ ਵੱਖ-ਵੱਖ ਸਿਆਸੀ ਦਲਾਂ ਦੇ ਸੀਨੀਅਰ ਆਗੂਆਂ ਨਾਲ ਫੋਟੋਆਂ ਖਿਚਵਾ ਕੇ ਲੋਕਾਂ ਨਾਲ ਠੱਗੀ ਮਾਰਨ ਦਾ ਕੰਮ ਕਰਦਾ ਸੀ। ਗੱਲ ਇੱਥੇ ਤੱਕ ਹੀ ਸੀਮਿਤ ਨਹੀਂ, ਇਸ ਵਿਅਕਤੀ ਨੇ ਵੱਡੇ ਵੱਡੇ ਅਫਸਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹੈਪੀ ਸੂਤ, ਜੋ ਕਿ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਸੀ, ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਤੋਂ ਬਾਅਦ ਮੁੜ ਕਾਂਗਰਸ ਵਿੱਚ ਆ ਗਿਆ ਸੀ। ਇਸ ਸੰਬੰਧੀ DSP ਅਨਿਲ ਕੁਮਾਰ ਕੋਹਲੀ ਨੇ ਕਿਹਾ ਕਿ ਪੁਲਿਸ ਵੱਲੋਂ ਹੈਪੀ ਸੂਦ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਹੁਸ਼ਿਆਰਪੁਰ ਤੋਂ ਅਜੀਤ ਵੈਬ TV ਲਈ ਹਰਜਾਪ ਸਿੰਘ ਦੀ ਰਿਪੋਰਟ। ਦਰਖਾਸਤ ਆਪਣੇ ਜਿਹੜੀ ICG ਇੱਕ ਇੰਚਾਰਜ ਇਲੈਕਸ਼ਨ ਸੈੱਲ ਗੌਰਵਤੀਜ ਵੱਲੋਂ ICE ਯੂਇੰਗ ਵੱਲੋਂ ਕਿ ਉਹਨੇ ਕਿਸੇ ਰਾਜ਼ੀਨਾਮੇ ਦੇ ਵਿੱਚ ਉਹਨੇ ਪੈਸੇ ਪੂਸੇ ਲਏ ਸੀਗੇ ਅਤੇ ਉਹਦੇ ਸੰਬੰਧ ਵਿੱਚ ਦਰਖਾਸਤ ਦੀ ਪੜਤਾਲ ਤੋਂ ਬਾਅਦ SHO ਸਦਰ ਨੂੰ ਮੁਕੱਦਮਾ ਦਰਜ ਲਈ ਭੇਜਿਆ ਸੀਗਾ, ਜਿਹੜਾ ਕਿ ਮੁਕੱਦਮਾ ਨੰਬਰ 154 ਅੰਡਰ ਸੈਕਸ਼ਨ 406 420 506 IPC ਦੇ ਤਹਿਤ ਦਰਜ ਕੀਤਾ ਗਿਆ ਹੈ। ਕੋਈ ਪਰਾਮਿਟ ਈ ਸਰਵਿਸ ਸਿਲੰਡਰ ਕੋਈ ਕੰਪਨੀ ਹੈਗੀ ਹੈ ਬਾਹਰ ਨੂੰ ਭੇਜਣ ਦਾ ASA ਸੁਰਿੰਦਰ ਸਿੰਘ ਨਾਲ ਕੋਈ ਸੀਗਾ, ਪਰਚਾ ਪੁਰਚਾ ਦੱਸੀ, ਉਹਦੇ ਸੰਬੰਧ ਵਿੱਚ ਕੋਈ ਰਾਜੀਨਾਮਾ ਹੋਇਆ ਸੀ ਉਹਦੇ ਸਿਲਸਿਲੇ 'ਚ ਕੋਈ ਰਾਜੀਨਾਮਾ ਹੋਇਆ ਸੀ, ਉਹਦੇ ਵਿੱਚੋਂ ਜਿਹੜੇ ਪੈਸੇ ਮਿਲੇ ਸੀਗੇ ਪ੍ਰਾਈਮਿਟ ਕੰਪਨੀ ਨੇ ਦਿੱਤੇ ਸੀ ਉਹਦੇ ਵਿੱਚੋਂ ਪਤਾ ਲੱਗਿਆ ਕਿ ਉਹਦੇ ਵਿੱਚੋਂ ਰੱਖੇ ਸੀ, ਬਾਕੀ 1 ਲੱਖ ਦਾ ਸੀਗਾ। ਅਗਲੀ ਤਫਤੀਸ਼ ਚੱਲ ਰਹੀ ਹੈ, ਬਾਕੀ ਉਹਦੇ ਜੋ ਫੈਕਟਸ ਅੱਗੇ ਸਾਹਮਣੇ ਆਉਣਗੇ ਉਦੋਂ ਤੱਕ ਕਰ ਦਿਓ। 120 506 406 ਉਹਦੇ ਫਰਦਰ ਜੋ ਰੇਟ ਵਗੈਰਾ ਕਰ ਰਹੇ ਹਨ ਫਰਕ ਉਹਨੂੰ ਜੋ ਕਾਨੂੰਨ ਮੁਤਾਬਕ ਕਰ ਰਹੀ ਹੋ।